ਵਿਅਕਤੀ ਨਹੀਂ ਹੁਣ ਕਰ ਬਹਿਣਾ ਪੜਾਈ ਦਾ ਹੱਕ ਲੈ ਕੇ ਕਾਜ ਦਾ ਵਿਦਿਆਰਥੀ ਕਰੇ ਪੁਕਾਰ ਯੂਨੀਵਰਸਿਟੀਆਂ ਤੇ ਕਾਲਜ ਖੋਲੇ ਜਾਣ ਖੋਲੇ ਜਾਣ ਖੋਲੇ ਜਾਣ ਵਿਦਿਆਰਥੀ ਏਕਤਾ ਜ਼ਿੰਦਾਬਾਦ 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 ਪੰਜਾਬ ਦੇ ਵਿੱਚ ਠੇਕੇ ਖੋਲ ਦਿੱਤੇ ਗਏ ਪਰ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਬੰਦ ਰੱਖਿਆ ਗਿਆ ਵਿਦਿਆਰਥੀਆਂ ਨੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਕਾਲਜ ਯੂਨੀਵਰਸਿਟੀਆਂ ਨਾ ਖੋਲਣ ਦੇ ਵਿਰੋਧ 'ਚ ਕਾਲਜਾਂ ਦੇ ਅੱਗੇ ਧਰਨੇ ਲਗਾਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਵਿਦਿਆਰਥੀਆਂ ਦੇ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸ਼ਰਾਬ ਦੇ ਠੇਕੇ ਖੋਲੇ ਜਾ ਸਕਦੇ ਨੇ ਤਾਂ ਕਾਲਜ ਕਿਉਂ ਨਹੀਂ ਖੋਲੇ ਜਾ ਸਕਦੇ ਰੂਪਨਗਰ ਤੋਂ ਸਾਡੇ ਪੱਤਰਕਾਰ ਸੱਜਣ ਸਿੰਘ ਸੈਣੀ ਦੇ ਵੱਲੋਂ ਧਰਨੇ ਤੇ ਬੈਠੇ ਵਿਦਿਆਰਥੀਆਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਧਰਨਾ ਲਗਾਇਆ ਗਿਆ ਕੀ ਕਾਰਨ ਹੈ ਕਿਉਂ ਧਰਨਾ ਦਿੱਤਾ ਜਾ ਰਿਹਾ ਪੜ੍ਹਾਈ ਤਾਂ ਆਨਲਾਈਨ ਕਰਵਾਈ ਜਾ ਰਹੀ ਹੈ ਦੇਖੋ ਜੀ ਕਰੋਨਾ ਦਾ ਬਹਾਨਾ ਲਾ ਕੇ ਸਰਕਾਰ ਨੇ ਬੜਾ ਲੰਬਾ ਟਾਈਮ ਜਿਹੜੇ ਹੈਗੇ ਕਾਲਜ ਯੂਨੀਵਰਸਿਟੀਆਂ ਬੰਦ ਰੱਖੀਆਂ ਹੈਗੀਆਂ ਨੇ ਅਤੇ ਅੱਜ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਜਦੋਂ ਸਰਕਾਰ ਨੇ ਸਿਨੇਮਾ ਹਾਲ ਖੋਲ੍ਹ ਦਿੱਤੇ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਜਿਹੜੇ ਹੈਗੇ ਆ ਉਹ ਸਾਰੇ ਸਕੂਲ ਖੋਲ੍ਹ ਦਿੱਤੇ ਹੈਗੇ ਆ ਧਰਨੇ ਮੁਜ਼ਾਹਰੇ ਹੋ ਰਿਹਾ ਕਿਸਾਨ ਜਥੇਬੰਦੀਆਂ ਧਰਨਿਆਂ 'ਤੇ ਬੈਠੀਆਂ ਨੇ ਬਾਜ਼ਾਰ ਭਰੇ ਪਏ ਨੇ ਬਾਜ਼ਾਰਾਂ 'ਚ ਲੋਕ ਆਉਣੇ ਜਾਣੇ ਸ਼ੁਰੂ ਹੋ ਗਏ ਆ ਤਾਂ ਕਾਲਜ ਅਤੇ ਯੂਨੀਵਰਸਿਟੀਆਂ ਕਿਉਂ ਬੰਦ ਨੇ ਕਿਉਂਕਿ ਔਨਲਾਈਨ ਪੜ੍ਹਾਈ ਦੇ ਵਿੱਚ ਨਿਆਣਿਆਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸਰਕਾਰ ਨੇ ਬਹਾਨਾ ਬਣਾ ਕੇ ਜਿਹੜਾ ਹੈਗਾ ਕਾਲਜ ਯੂਨੀਵਰਸਿਟੀਆਂ ਬੰਦ ਰੱਖੇ ਆ ਉੱਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਐਲਾਨ ਕੀਤਾ ਕਿ ਦਸੰਬਰ ਦੇ ਵਿੱਚ ਅਸੀਂ ਪੇਪਰ ਲਵਾਂਗੇ ਪੇਪਰ ਅਗਰ ਹੁੰਦੇ ਆ ਤਾਂ ਵਿਦਿਆਰਥੀਆਂ ਦੀਆਂ ਵੱਡੀਆਂ ਸਪਲੀਆਂ ਆਉਣਗੀਆਂ ਕਿਉਂਕਿ ਔਨਲਾਈਨ 'ਤੇ ਤਾਂ ਕੁਝ ਸਮਝ ਨਹੀਂ ਆਉਂਦਾ ਇੱਕ ਇੱਕ ਟੀਚਰ ਕੋਲ 200 ਸਟੂਡੈਂਟ ਪੜ੍ਹ ਰਿਹਾ ਔਨਲਾਈਨ ਕੁਝ ਵੀ ਸਮਝ ਨਹੀਂ ਆਉਂਦਾ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੇ ਜਾਣ ਇਹ ਅਸੀਂ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਿਹੜੇ ਕੇਂਦਰ ਅਤੇ ਪੰਜਾਬ ਸਰਕਾਰ ਜਿਹੜੀ ਹੈ ਕਾਲਜ ਅਤੇ ਯੂਨੀਵਰਸਿਟੀਆਂ ਨਹੀਂ ਖੋਲ੍ਹਦੀ ਅਤੇ ਕਰੋਨਾ ਦਾ ਜਿਹੜਾ ਹੈਗਾ ਇਹ ਬਹਾਨਾ ਹੁਣ ਨਹੀਂ ਚੱਲਣਾ ਇਸ ਕਰਕੇ ਉਹਨਾਂ ਨੂੰ ਕਾਲਜ ਖੋਲ੍ਹਣੇ ਪੈਣੇ ਕਿਉਂ ਧਰਨਾ ਲਾਇਆ ਤੁਸੀਂ ਅਸੀਂ ਇਹ ਧਰਨਾ ਤਾਂ ਲਗਾਇਆ ਵਾ ਕਿਉਂਕਿ ਸਾਡੇ ਜਿਹੜੇ ਕਾਲਜ ਸਰਕਾਰ ਨੇ ਬੰਦ ਕਰੇ ਹੋਏ ਅਸੀਂ ਉਹ ਖੁਲਵਾਉਣਾ ਚਾਹੁੰਦੇ ਹਾਂ ਸਾਡਾ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਔਨਲਾਈਨ ਕਲਾਸਾਂ ਕਰਕੇ ਸਾਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸਾਡੇ ਪ੍ਰੈਕਟੀਕਲ ਉਵੇਂ ਪੈਂਡਿੰਗ ਪਏ ਆ ਅਤੇ ਬੱਚੇ ਕੁਝ ਵੀ ਸਮਝ ਨਹੀਂ ਲੱਗ ਰਹੇ ਨੈਟਵਰਕ ਪ੍ਰੋਬਲਮ ਸਾਨੂੰ ਬਹੁਤ ਆਉਂਦੀਆਂ ਅਤੇ ਅਸੀਂ ਸਕਰੀਨਸ਼ੋਟ ਲੈ ਕੇ ਸਾਡੇ ਫੋਨ ਭਰੇ ਪਏ ਆ ਅਸੀਂ ਚਾਹੁੰਦੇ ਕਿ ਇਹਦੇ ਨਾਲ ਤੋਂ ਵਧੀਆ ਡਾਇਰੈਕਟ ਸਾਨੂੰ ਬੁੱਕ 'ਚ ਪੜ੍ਹਾਵੇ ਕਾਲਜ ਪੜ੍ਹਾਵੇ ਅਤੇ ਸਾਰਾ ਕੁਝ ਇਹਨਾਂ ਦੇ ਸਾਹਮਣੇ ਪੁੱਛ ਸਕੀਏ ਅਸੀਂ ਇਸ ਲਈ ਧਰਨਾ ਲਗਾਇਆ ਕਿ ਸਾਡੇ ਕਾਲਜ ਜਲਦੀ ਤੋਂ ਜਲਦੀ ਖੋਲ੍ਹੇ ਜਾਣ ਕਿਉਂਕਿ ਦਸੰਬਰ 'ਚ ਯੂਨੀਵਰਸਿਟੀ ਨੇ ਆਰਡਰ ਕਰਤਾ ਵਾ ਕਿ ਯੂਨੀਵਰਸਿਟੀ ਕਹਿ ਰਹੀ ਕਿ ਸਾਡੇ ਦਸੰਬਰ 'ਚ ਪੇਪਰ ਲੈਣੇ ਅਤੇ ਸਾਡੇ ਕੋਲ ਇੱਕ ਮਹੀਨਾ ਨਵੰਬਰ ਦਾ ਤਿਆਰੀ ਕਰਨ ਵਾਸਤੇ ਜੇ ਕਹਿਣ ਅਨੁਸਾਰ ਤਾਂ ਕਰੋਨਾ ਫੈਲਿਆ ਵਾ ਤਾਂ ਨਹੀਂ ਖੋਲ੍ਹਣੇ ਜੇ ਵਾਕਈ ਕਰੋਨਾ ਹੁੰਦਾ ਤਾਂ ਜਿਹੜੇ ਕਿਸਾਨ ਜਿਹੜੇ ਧਰਨਾ ਲਾਇਆ ਤਾਂ ਕਿਸਾਨਾਂ ਨੇ ਤਾਂ ਉਹਨਾਂ ਨੇ ਸਾਰਿਆਂ ਨੇ ਪੋਜ਼ਿਟਿਵ ਆਉਣਾ ਅਤੇ ਧਰਨੇ ਬੰਦ ਹੋ ਜਾਣੇ ਤੇ ਉਹਨਾਂ ਦਾ ਧਰਨਾ ਕੰਟੀਨਿਊ ਅਤੇ ਮਾਰਕੀਟਾਂ ਸਾਰੀਆਂ ਖੁੱਲ੍ਹੀਆਂ ਸਾਰੇ ਜਿਹੜੇ ਵਿੱਦਿਅਕ ਅਦਾਰੇ ਖੁੱਲ੍ਹੇ ਹੋਏ ਆ ਸਕੂਲ ਵੀ ਖੁੱਲ੍ਹ ਰਹੇ ਆ ਸਰਕਾਰੀ ਵਿਭਾਗ ਸਾਰੇ ਖੁੱਲ੍ਹ ਰਹੇ ਆ ਤਾਂ ਸਾਡਾ ਕਾਲਜ ਕਿਉਂ ਨਹੀਂ ਖੁੱਲ੍ਹ ਸਕਦਾ ਯੂਨੀਵਰਸਿਟੀਆਂ ਤੇ ਕਾਲਜ ਖੋਲ੍ਹੇ ਜਾਣ ਖੋਲ੍ਹੇ ਜਾਣ ਖੋਲ੍ਹੇ ਜਾਣ ਵਿਦਿਆਰਥੀ ਏਕਤਾ ਜ਼ਿੰਦਾਬਾਦ 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 ਵਿਦਿਆਰਥੀ ਨਹੀਂ ਹੁਣ ਘਰ ਬਹਿਣਾ ਪੜ੍ਹਾਈ ਦਾ ਹੱਕ ਲੈ ਕੇ ਕਾਲਜ ਦਾ ਵਿਦਿਆਰਥੀ ਕਰੇ ਪੁਕਾਰ